ਹਲਮਨ ਵੈਲਕਮ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਜੋਤ ਕੋਰ ਤੇ ਹਾਜ਼ਰਾ ਜੀ ਇੱਕ ਵਾਰ ਫਿਰ ਤੋਂ ਲੈ ਕੇ ਤੁਹਾਡਾ ਆਪਣਾ ਮਨਪਸੰਦੀ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ ਸੋ ਉਹ ਸਟੂਡੈਂਟ ਖਾਸ ਕਰਕੇ ਸ਼ੋਅ ਲੈ ਕੇ ਆਏ ਉਹਨਾਂ ਲਈ ਜਿਹੜੇ ਕੈਨੇਡਾ ਦੀ ਰਿਫਿਊਜ਼ਲ ਸੁਣ ਕੇ ਵੇਖ ਕੇ ਹੈਰਾਨ ਹੋਏ ਪਏ ਨੇ ਪਰੇਸ਼ਾਨ ਹੋਏ ਪਏ ਨੇ ਅੱਗੋਂ ਕੀ ਕਰਨ ਆਸਟ੍ਰੇਲੀਆ ਲਈ ਅਪਲਾਈ ਕਰਨ ਜਾਂ ਯੂਕੇ ਲਈ ਅਗਰ ਤੁਹਾਡੇ ਕੋਈ ਸਵਾਲ ਨੇ ਉਹ ਸਾਰੇ ਸਵਾਲਾਂ ਦੇ ਜਵਾਬ ਅੱਜ ਸ਼ੋਅ ਵਿੱਚ ਸ਼ਾਮਿਲ ਕਰਨ ਜਾ ਰਹੇ ਹਾਂ ਤੁਸੀਂ ਵੀ ਸ਼ੋਅ ਦਾ ਹਿੱਸਾ ਬਣ ਸਕਦੇ ਹੋ ਲਗਾਤਾਰ ਜੋ ਨੰਬਰ ਹੈ ਸਕਰੀਨ ਤੇ ਡਿਸਪਲੇ ਹੋ ਰਿਹਾ ਤੇ ਮੈਂ ਸਭ ਤੋਂ ਪਹਿਲਾਂ ਸਵਾਗਤ ਕਰਨਾ ਚਾਹਾਂ ਤੋ ਵੀਜ਼ਾ ਐਕਸਪਰਟ ਮਿਸਟਰ ਨਵਨੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾ ਸਤਿ ਸ੍ਰੀ ਅਕਾਲ ਹਰਜੋਤ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜਿਹੜੀ ਗੱਲ ਕੀਤੀ ਹਰਜੋਤ ਨੇ ਦੁਕਾਨ ਤਾਂ ਜੀ ਬਹੁਤ ਵੱਡੀ ਰਿਫਿਊਜ਼ਲ ਤਰਾ 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 ਕਰਾਤੀ ਗਈ ਜੀ ਨਾਨ ਐਸਟੀਐਸ ਨਾਨ ਐਸਟੀਐਸ ਸ਼੍ਰੇਣੀਕਰਨ ਵਖਰਾ ਕਰਾਂਗੇ ਇੱਕ ਚ 5.5 ਜਾਂ ਦੋ ਚ 5.5 ਕੀ ਨਤੀਜੇ ਨਿਕਲੇ ਪਲੱਸ 2 ਵਾਲਾ ਨੂੰ ਕਿਸ ਤਰੀਕੇ ਨਾਲ ਦੇਖਿਆ ਗਿਆ ਜਨਵਰੀ ਇਨਟੈਕ ਚ ਕੀ ਬਣੂਗਾ ਮਈ ਚ ਫਾਈਲਾ ਲਈਏ ਨਾ ਲਈਏ ਜਾਂ ਸਤੰਬਰ ਇਨਟੈਕ ਚ ਕਿਹੜਾ ਜਾਊਗਾ ਇਹ ਸਵਾਲੀਆਂ ਨਿਸ਼ਾਨ ਉੱਠ ਗੀ ਜੀ 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 ਪਹਿਲੀ ਵਾਰੀ ਉਹਨਾਂ ਕਾਲਜਸ ਦੀ ਰਿਫਿਊਜ਼ਲ ਦੇਖਣ ਨੂੰ ਮਿਲੀ ਹੈ ਜਿਨ੍ਹਾਂ ਦੇ ਕਦੇ ਰਿਫਿਊਜ਼ਲ ਨਹੀਂ ਆਉ ਸੀ ਕੀ ਇਹ ਇੱਕ ਟ੍ਰੈਂਡ ਦਾ ਇਸ਼ਾਰਾ ਹੈ ਬਿਲਕੁਲ ਕਿ ਇੱਕ ਫਾਈਲ ਕਲੀਅਰ ਕਰ ਤਰੀਕਾ ਇਹਦੇ ਉੱਪਰ ਅਸੀਂ ਪੂਰੀ ਡਿਟੇਲ ਡਿਸਕਸ਼ਨ ਜ਼ਰੂਰ ਕਰਾਂਗੇ ਦੂਜੇ ਪਾਸੇ ਨਾਲ ਲੱਗਦਾ ਯੂਕੇ ਤੇ ਆਸਟ੍ਰੇਲੀਆ ਨਾਲ ਲੱਗਦੇ ਨਹੀਂ ਨਾਲ ਲੱਗਦੇ ਨਹੀਂ ਉਹਨਾਂ ਨੇ ਦਵਾਰ ਖੋਲੇ ਹੋਏ ਆ ਜਿੱਦਾਂ ਅਸੀਂ ਫਾਇਦਾ ਨਹੀਂ ਚੁੱਕ ਰਹੇ ਉਹਨਾਂ ਨੇ ਰਾਈਟ ਸਟੂਡੈਂਟ ਲੈ ਜਾਂਦਾ ਦਾ ਤਰੀਕਾ ਲੱਭਿਆ ਅੱਜ ਪੰਜਾਬ ਦੇ ਵਿੱਚ ਮੈਂ ਕਹਿੰਦਾ ਜੀ ਲੋਕਾਂ ਦੀ ਐਡ ਖੋਲੋ 6 ਮਹੀਨੇ ਪੁਰਾਣੀ ਜਿਹੜੀਆਂ ਲੜੀਆਂ ਕਾਪੀਆਂ ਦਿਖਾਉਂਦੇ ਕਿੱਥੇ ਗਏ ਕਿੱਥੇ ਗਏ ਫੈਕਟਰੀਆਂ ਵੱਡੀਆਂ ਵੱਡੀਆਂ ਕੰਪਨੀਆਂ 5-5000 ਫਾਈਲ ਚੱਕਣੀ ਜਾ ਕੇ ਦੇਖੋ ਦਫ਼ਤਰਾਂ ਦੇ ਬਾਹਰ ਕਸਾਨ ਦੇਂਡੀ ਵਾਲਾ ਹਾਲ ਹੈ ਬੱਚੇ ਜਿੰਨੇ ਰਿਫਿਊਜ਼ ਲਈ ਕਿਉਂਕਿ ਜਦੋਂ ਸਾਡੇ ਵਰਗੇ ਨੇ ਕਹਿਣਾ ਆਇਲਸ ਕਰ ਲੈ ਇਹ ਨਹੀਂ ਕਿ ਨੌਨ ਐਸ ਜੀ ਐਸ ਮੈਂ ਹੀ ਲਾਈਆਂ ਜਾਂ ਮੈਂ ਨਹੀਂ ਲਾਉਂਗਾ ਮੈਂ ਹੀ ਲਾਉਂਗਾ ਰਾਈਟ ਜਦੋਂ ਅਸੀਂ ਕਿਹਾ ਸੀ ਵੀ ਇਹ ਵਧ ਰਹੀ ਹੈ ਨੋ 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 1.5 ਸਾਡੀ ਗਰੰਟੀ ਹੈ ਮਿਲੋ ਗਰੰਟੀ ਵਾਲੇ ਬਾਬਿਆਂ ਨੂੰ ਹਾਂ ਜਿਹੜੇ ਗਰੰਟੀਆਂ ਦੇ ਹੁੰਦੇ ਸੀ ਸੰਤ ਮਹਾਰਾਜ ਬਾਬਿਆਂ ਦੀ ਗੱਲ ਨਹੀਂ ਕਰਦਾ ਇਹ ਗਰੰਟੀ ਵਾਲੇ ਬਾਬੇ ਪੈਦਾ ਹੋਏ ਸਾਡੀ ਇੰਡਸਟਰੀ ਚ ਮਿਲੋ ਉਹਨਾਂ ਨੂੰ ਜੀ ਰਾਈਟ ਆਈਆਂ ਰਿਫਿਊਜ਼ ਲਾ ਕਿਉਂ ਆਈ ਰਿਫਿਊਜ਼ ਹਰਜੋ ਬਿਲਕੁਲ ਬਿਲਕੁਲ ਜਦੋਂ ਕੈਨੇਡਾ ਨੂੰ ਇਹ ਦੀਂਦਾ ਆ ਕਿ ਮੇਰੇ ਕੋਲੇ 3 ਲੱਖ ਜਾਂ 4 ਲੱਖ ਐਪਲੀਕੇਸ਼ਨ ਹਨ ਮੈਂ ਇਹਨਾਂ ਬੰਦ ਨਹੀਂ ਲੈ ਆਈ ਨਹੀਂ ਲ ਅਕੈਡੈਮਿਕ ਫਿਲਟਰ ਲਾਣਾ ਔਖਾ ਹੈ ਬੈਂਡਸ ਦਾ ਫਿਲਟਰ ਲਾਣਾ ਸੌਖਾ ਉਹੀ ਲਾਇਆ ਮਾਝ ਕੇ ਰੱਖਤੇ ਬਿਲਕੁਲ ਦੂਜੇ ਪਾਸੇ ਹੁਣ ਵਿਕਲਪ ਕੀ ਹੈ ਜਿਹੜੇ ਬੱਚੇ ਅਪਲਾਈ ਕਰੇ ਬੈਠੇ ਉਹ ਕੀ ਕਰਨ ਜੀ ਜੀ ਅੱਜ ਜਿਹੜਾ ਬੱਚਾ ਮੇਲ ਹੀ ਅਪਲਾਈ ਕਰੀ ਬੈਠਾ ਹੈ ਜਾਂ ਫੀਸ ਕਰੀ ਬੈਠਾ ਹੈ ਕਿਰਪਾ ਕਰਕੇ ਆਇਲਸ ਕਰੋ ਮਈ ਇਨਟੇਕ ਦੁਬਾਰਾ ਅਪਲਾਈ ਜ਼ਰੂਰ ਕਰੋ ਨਾਨ ਐਸਟੀਐਸ ਵੀ ਕਰੋ ਸੀਟਾਂ ਮਲੋ ਨਾਲ ਤੁਹਾਡੇ ਕੋਲੇ ਲਗਭਗ 3 ਮਹੀਨੇ ਆਇਲਸ ਕਰਨ ਨੂੰ ਹੈ ਇਹ ਨਹੀਂ ਕਿ ਮੈਂ ਆਇਲਸ ਕਰਾਉਣਾ ਜਾਂ ਸਾਡੀ ਅਕੈਡਮੀ ਆਇਲਸ ਦੀ ਤੇ ਮੈਂ ਸਭ ਨੂੰ ਕਰਾਂ ਸਾਰਾ ਪੰਜਾਬ ਆਇਲਸ ਹੀ ਕਰ ਲੇ ਪਰ ਤੁਸੀਂ ਐ ਸਮਝਾਓ ਇੱਕ ਕੰਸਲਟੈਂਟ ਬਦਲ ਕੇ ਦੂਜਾ ਦੂਜੇ ਬਦਲ ਕੇ ਤੀਜਾ ਤੀਜੇ ਬਦਲ ਕੇ ਚੌਥਾ ਹਲਾਤ ਕੀ ਕਰ ਲਵਾਂ ਜੀ ਇੱਥੇ ਮੈਂ ਇਹ ਗੱਲ ਜ਼ਰੂਰ ਕਰਨਾ ਚਾਹੂੰਗੀ ਲਾਈਕ ਅਗਰ ਆਪਾਂ ਇਹ ਗੱਲ ਕਰੀਏ ਫਾਈਲ ਦੀ ਗਿਣਤੀ ਦੀ ਉਹ ਤਾਂ ਹੁਣ ਹੋਰ ਵੱਧਦੀ ਹੀ ਜਾਣੀ ਹੈ ਕਿ ਤੁਸੀਂ ਸਟੂਡੈਂਟਸ ਨੂੰ ਇਹ ਕਹਿੰਦੇ ਹੋ ਵੀ ਕੈਨੇਡਾ ਲਈ ਥੋੜੀ ਰੁਕ ਜਾਓ ਵੇਟ ਕਰ ਲਓ ਬਿਲਕੁਲ ਨਹੀਂ ਰੁਕ ਸਾਰੇ ਤੁਸੀਂ ਕਤਾਰ 'ਚ ਲੱਗੇ ਰਹਿਣਾ ਜ਼ਰੂਰੀ ਹੈ ਤੁਹਾਨੂੰ ਕੈਨੇਡਾ ਲਈ ਅਜਿ ਕਿਹੋ ਜੀ ਲਾਈਨ ਹੈ ਇਹ ਨਹੀਂ ਪਤਾ ਕਿਹਨੂੰ ਡੰਗ ਪੈਣੀ ਕਿਹਨੂੰ ਪ੍ਰਸ਼ਾਦ ਮਿਲਣਾ ਇਹ ਨਹੀਂ ਪਤਾ ਜੀ 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 ਰਾਈਟ ਸੋ ਸਵਾਲ ਇਹ ਹੈ ਕੁਝ ਕੀ ਪੈਰਾਮੀਟਰਸ ਜਿਹੜੀ ਪਹਿਲਾਂ ਸਟੂਡੈਂਟ ਵੀਜ਼ਾ ਚ ਗੱਲ ਹੁੰਦੀ ਸੀ ਜਦੋਂ 17 18 ਤੋਂ ਬਾਅਦ ਵਪਾਰੀ ਆ ਗਏ ਇਨਵੈਸਟਰ ਆ ਗਏ ਇਨਵੈਸਟਰ ਮਾਡਲ ਹੋ ਗਿਆ ਇਹ ਉਹਦਾ ਨਤੀਜਾ ਇਹ ਉਹਦਾ ਨਤੀਜਾ ਅਸੀਂ ਪੰਜਾਬ ਚ ਅੰਕੜੇ ਪੇਸ਼ ਕਰਦੇ ਨੇ ਕਿ ਇੰਨਾ ਬੱਚਾ ਉਹਨਾ ਬੱਚਾ 2019 ਦੇ ਵਿੱਚ ਲਗਭਗ 1 ਲੱਖ 8000 ਵੀਜ਼ਾ ਪੂਰੇ ਹਿੰਦੁਸਤਾਨ ਨੂੰ ਦਿੱਤਾ ਗਿਆ ਸੀ ਬਿਲਕੁਲ 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 ਪੂਰੇ ਵਿਸ਼ਵ ਭਰ ਦੇ ਵਿੱਚ ਉਹ ਸਭ ਤੋਂ ਵੱਧ ਅਸੀਂ ਅੱਜ ਤੱਕ ਚਾਈਨਾ ਨੂੰ ਓਵਰਟੇਕ ਕਰਕੇ ਸਭ ਤੋਂ ਨੰਬਰ 1 ਸਟੂਡੈਂਟ ਵੀਜ਼ਾ ਟੂ ਕੈਨ ਰਹਾ ਹੈ ਉਹਦਾ ਉਹਦਾ ਨਤੀਜਾ ਕੀ ਨਿਕਲਿਆ ਸਭ ਨੂੰ ਲੱਗਾ ਕਿ ਹੁਣ ਸਭ ਹਰ ਵਾਰ ਦੀ ਜੀ ਅੱਜ ਪੰਜਾਬ ਚ ਪਿੱਛੇ ਜਦੋਂ ਐਸਡੀਐਸ ਰਿਫਿਊਜ਼ਲਾਈਸ ਸਾਨੂੰ ਬਹੁਤ ਦੁੱਖ ਹੋਇਆ ਐਸਡੀਐਸ ਕੱਲਾ ਦੇਖੋ ਜਿਹਦਾ ਗੈਪ ਹੈ 6 ਬੈਂਡ ਇਚ ਉਹਨੂੰ ਮੈਂ ਐਸਡੀਐਸ ਨਹੀਂ ਮੰਨਦਾ ਮੈਂ ਐਸਡੀਐਸ ਉਹ ਸਪੈਸ਼ਲ ਬੰਦਾ ਜਿਹੜਾ 2021 ਪਾਸ ਆਊਟ ਬੱਚਾ ਸੀ ਚੰਗੇ ਬੈਂਡ ਸੀ ਚੰਗੇ ਅਕੈਡਮੀ ਦੇ ਸੀ ਹਾਂ ਉੱਥੇ ਉਹਨਾਂ ਨਾਲ ਧੱਕਾ ਕੱਟ ਗਿਆ ਹਾਂ ਹਾਂ ਉਹਨਾਂ ਨਾਲ ਧੱਕਾ ਕੱਟ ਗਿਆ ਉਹ ਸਾਡੇ ਕੋਲੇ ਗ੍ਰਾਂਟਸ ਵੀ ਬਹੁਤ ਆ ਰਹੀਆਂ ਮੈਂ ਸ਼ੋ ਤੇ ਪੀਪੀਆਰਾਂ ਦਿਖਾ ਕੇ ਕੀ ਕਰੂੰਗਾ ਕਿਉਂਕਿ ਇੱਕ ਮਾਤਮ ਵਰਗਾ ਮਾਹੌਲ ਬਣਿਆ ਪੰਜਾਬ ਸੋ ਅ ਮੇਰੀ ਅਗਲੇ ਹਫਤੇ ਦੀ ਫੇਰੀ ਪੰਜਾਬ ਦੀ ਤੁਸੀਂ ਟੀਮ ਨਾਲ ਗੱਲ ਕਰਕੇ ਸੰਪਰਕ ਕਰ ਸਕਦੇ ਹੋ ਇਹ ਨਹੀਂ ਹੈ ਕਿ ਤੁਹਾਡਾ ਕਿਸੇ ਏਜੰਟ ਤੋਂ ਵੀਜ਼ਾ ਰਿਫਿਊਜ਼ ਹੋਗਾ ਮੇਰੇ ਕੋਲ ਪੱਕਾ ਹੋਊਗਾ ਇਹ ਜੀ ਕੋਈ ਗਾਰੰਟੀ ਨਹੀਂ ਕੋਈ ਜਾਦੂ ਨਹੀਂ ਕੋਈ ਭਰਮ ਨਹੀਂ ਕੋਈ ਭਲੇਖਾ ਨਹੀਂ ਜੀ 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 ਬਟ ਬਟ ਇੱਥੇ ਰੋਲ ਪਲੇ ਹੁੰਦਾ ਕੁਆਲਿਟੀ ਫਾਈਲਿੰਗ ਦਾ ਰੋਲ ਪਲੇ ਹੁੰਦਾ ਤੁਸੀਂ ਫਾਈਲ ਹੈਂਡਲ ਕਿਵੇਂ ਕਰਦੇ ਹੋ ਬਿਲਕੁਲ ਇੱਕ ਕੰਪਨੀਆਂ ਫੈਕਟਰੀਆਂ ਬਣ ਗਿਆ ਸੀ ਜੀ ਵੀ ਡੋਨਟ ਚਾਰਜ ਹਮਾਰੇ ਕੋਈ ਪੈਸੇ ਨਹੀਂ ਹੈ ਪੈਸੇ ਲੈਣ ਵਾਲੇ ਚੋਰ ਹੈ ਉਹ ਕਿਉਂਕਿ ਆਪਾਂ ਫਾਈਲਾਂ ਤੇ ਜੋਰ ਹੀ ਲਾ ਰਹੇ ਸੀ ਜੀ 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 ਜੇ ਆਪਾਂ ਫਾਈਲਾਂ ਤੇ ਜੋਰ ਲਾਉਂਦੇ ਫਾਈਲਾਂ ਨੂੰ ਸੰਜੀਦਾ ਤਰੀਕੇ ਲੈਂਦੇ ਕੋਰਸ ਕਲੈਕਸ਼ਨ ਕਰਦੇ ਸ਼ਾਇਦ ਇਹ ਆਲਮ ਨਾ ਹੁੰਦਾ ਬਿਲਕੁਲ ਬਿਲਕੁਲ ਸੋ ਅੱਜ ਅੱਗੇ ਕੀ ਕਰਨਾ ਹੈ ਇਹ ਕੇਸ ਟੂ ਕੇਸ ਬੇਸਿਸ ਹੈ ਨਹੀਂ ਤੁਸੀਂ ਕਿਹਾ ਕੇਸ ਟੂ ਕੇਸ ਬੇਸਿਸ ਹੈ ਲੇਕਿਨ ਆਪਾਂ ਖਾਸ ਤੌਰ ਤੇ ਨੋਨ ਐਸਡੀਐਸ ਪ੍ਰੋਫਾਈਲ ਜਿਵੇਂ ਜ਼ਿਆਦਾ ਗੱਲ ਕਰਨਾ ਚਾਹੂੰਗੀ ਕਿਉਂਕਿ ਸਵਾਲ ਵੀ ਉਹਨਾਂ ਦੇ ਹੁੰਦੇ ਆ ਡਰ ਵੀ ਉਹਨਾਂ ਨੂੰ ਹੀ ਜ਼ਿਆਦਾ ਇਸ ਟਾਈਮ ਤੇ ਰਿਫਿਊਜ਼ਲ ਜਿਵੇਂ ਆਪਾਂ ਦੇਖ ਰਹੇ ਹਾਂ ਲਗਾਤਾਰ ਤੇ ਉਹਨਾਂ ਨੋਨ ਐਸਡੀਐਸ ਵਾਲਿਆਂ ਨੂੰ ਕੀ ਸੁਜੈਸਟ ਕਰਦੇ ਹੋ ਕਿ ਉਹਨਾਂ ਨੂੰ ਆਪਣੀ ਆਪਸ਼ਨ ਆਸਟ੍ਰੇਲੀਆ ਯੂਕੇ ਵੱਲ ਬਦਲ ਲੈਣਾ ਚਾਹੀਦਾ ਜਜੀਤ ਆਪਾਂ ਨਾ ਉਹਨੂੰ ਵੀ ਫਿਰ ਐਸਆਈਓ ਰਾਈਟ ਆਪਾਂ ਉਹਨੂੰ ਵੀ ਸਪਲਿਟ ਕਰ ਦਿਆ ਹਾਂ ਜੀ 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 ਰਾਈਟ ਉਹਦੇ ਜਿਹਦੇ 60 ਪਲਸ ਏਚ ਹੈ ਇੱਕ ਆ ਗਿਆ ਜਿਹਦੇ 6 ਬੈਂਡ ਨੇ ਇੱਕ ਚ 5.5 ਬੈਂਡ ਹੈ ਉਹ ਆ ਗਿਆ ਕਾਲਸ ਬੰਨੇ ਜੀ ਜਾਣ ਕੇ ਉਸ ਬੰਦ ਕੀਤੀ ਅਸੀਂ 5 ਮਿੰਟ ਕਾਲਰ ਜੀ 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 ਹੈਲੋ ਕਾਲਗੜ੍ਹ ਜੀ ਦੋ ਦੋ ਕੁ ਬਾਅਦ ਕਾਲਾ ਸ਼ੁਰੂ ਕਰੇ ਹੋਰ ਜੀ ਮੇਰੀ ਇੱਕ ਰਿਕਵੈਸਟ ਹੈ ਉਹਦੇ ਵਿੱਚ ਜਿਹੜਾ ਬੱਚਾ ਤਾਂ ਅੱਜ ਇੱਕ ਵਾਰੀ ਆਇਲਸ ਕਰੀ ਬੈਠਾ ਹੈ ਦੋ ਵਾਰੀ ਕਰੀ ਬੈਠਾ ਹੋਰੀ ਟਰਾਈ ਕਰਦਾ ਬੜੀ ਵੱਡੀ ਸਾਡੇ ਬੱਚਿਆਂ ਦੀ ਤਦਾਦ ਹੈ ਲੋਬੀ ਕਹਿ ਲੋ ਜੋ ਮਰਜ਼ੀ ਕਹਿ ਲੋ ਜਿਹੜੇ ਲੱਗ ਪੱਗ ਲੱਗ ਪੱਗ 5 5 6 6 ਵਾਰੀ ਆਇਲਸ ਕਰ ਚੁੱਕੇ ਨਹੀਂ ਹੋ ਰਿਹਾ ਦੋ ਦੋ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਉਹਨਾਂ ਲਈ ਕਿਤੇ ਨਾ ਕਿਤੇ ਹਾਲ ਦੀ ਘੜੀ ਕੈਨੇਡਾ ਦੇ ਬੂਹੇ ਬੰਦ ਲੱਗ ਗਏ ਹਾਲ ਦੀ ਘੜੀ ਕੁਝ ਨਹੀਂ ਪਤਾ ਜਨਵਰੀ ਚ 20 ਪੀਪੀਆਰ ਆਨ ਇਹੀ ਨਵਨੀਤ ਸਿੰਘ ਕਹਿੰਦੇ ਸਾਡੇ ਪਾਸ ਤੇ ਬਹੁਤ ਵੀਜ਼ੇ ਆ ਗਏ ਨਾ ਮਾਹੌਲ ਹੈ ਮੇਰਾ ਸ਼ੋਅ ਕਰ ਕਰ ਲੋਕੀ ਕਹਿੰਦੇ ਕਹਿਣ ਭਾਜੀ ਪੁਰਾਣੇ ਵਿੱਚ ਕੀ ਕਹਿੰਦੇ ਸੀ ਕਿ ਮੇਰੇ ਨਾਲ ਵੀ ਕਿਤੇ ਪੋਲੂਸ਼ਨ ਵਾਲੀ ਹੋਵੇ ਮਾਹੌਲ ਮਤਲਬ ਇਹ ਹੋ ਚੁੱਕਾ ਹੈ ਕਿ ਆਪਾਂ ਕੁਝ ਪ੍ਰੈਡਿਕਟ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਹਾਂ ਜਿਹੜਾ ਇਸ਼ਾਰਾ ਜਨਵਰੀ ਮੇ ਦੇ ਜਨਵਰੀ ਦੇ ਵਿੱਚ ਤਾਂ ਸਾਨੂੰ ਨਾਨ ਐਸਟੀਐਸ ਕੋ ਸੁਖਾਵਾਂ ਨਤੀਜਾ ਲੱਗਦਾ ਨਹੀਂ ਮੇ ਚ ਕੀ ਸਟੇਬਲਾਈਜ਼ ਹੁੰਦਾ ਸੈਪਟੈਂਬਰ ਤੱਕ ਉਹ ਕੀ ਪਾਲਿਸੀ ਲੈਂਦੇ ਆ ਕਿੰਨੀਆਂ ਐਪਲੀਕੇਸ਼ਨ ਦਾ ਸਿਸਟਮ ਬੰਦਾ ਇਹਨੂੰ ਆਪਾਂ ਵਾਲੇ ਕੁਝ ਨਹੀਂ ਕਹਿ ਸਕਦੇ ਐਪਲੀਕੇਸ਼ਨ ਪੂਰੀ ਦੁਨੀਆ ਭਰ ਚ ਵਾਰੀਏ ਕੱਲੇ ਪੰਜਾਬ ਚ ਨਹੀਂ ਵਾਰੀ ਬਿਲਕੁਲ ਬਿਲਕੁਲ ਸੋ ਜਦੋਂ ਆਪਾਂ ਨਾਨ ਪੰਜਾਬ ਐਪ ਹਿੰਦਾ ਬਿਲਕੁਲ 11 ਲੱਖ ਇੱਕ ਵਾਰ ਨਹੀਂ ਹੁੰਦਾ ਜੀਟੀਵੀ ਹੈ ਅਕੈਡਮਿਕ ਵੀ ਹੈ ਜਿਵੇਂ ਆਪਾਂ ਜਿਵੇਂ ਪੰਜ ਦਿੱਕਤਾਂ ਵੀ ਹੈ ਉਹਦਾ 45% ਸ਼ਰੇ ਪੰਜਾਬ ਨੂੰ ਜਾਂਦਾ ਹੂੰ ਬਿਲਕੁਲ ਜੀ 45% ਬੰਦੇ ਸ਼ਰੇ ਪੰਜਾਬ ਨੂੰ ਜਾਂਦਾ ਜੇ ਸਭ ਦੇ ਬੈਂਡ ਆਂਦੇ ਹੁੰਦੇ ਤਾਂ ਸਿਨੈਰੀਓ ਵੱਖਰਾ ਹੁੰਦਾ ਸੋ ਜੇ ਆਪਾਂ ਬਾਕੀ ਬਚਿਆ ਜਿਹੜਾ 65% ਹੈ ਜਿਵੇਂ ਉਹਨੂੰ ਦੇਖਾਂ ਉਹਦੇ ਵਿੱਚ ਜੇ ਦੇਖਾਂ ਕਿ ਟੋਟਲ ਨੰਬਰ ਆਫ ਐਸਡੀਐਸ ਕੇਸਿਸ ਕਿੰਨੇ ਸ਼ਾਇਦ 70% ਹੋਣਗੇ ਦੇ ਪੰਜਾਬ ਵਿੱਚ 45% ਕਿਹੜਾ ਤੇ ਸ਼ਹਿਰ 50 50 ਅੰਕੜੇ ਵੀ ਨਾਲ ਸਾਹਮਣੇ ਆ। ਸੋ ਕਿਤੇ ਨਾ ਕਿਤੇ ਆਪਣੇ ਅੰਡਰਸਟੈਂਡ ਕਰਨਾ ਪੈਣਾ ਵੀ ਅਟੈਂਪਟਾਂ ਕਿੰਨੀਆਂ ਕੀਤੀਆਂ ਕਿੰਨਾ ਜੋਰ ਲਾਇਆ ਮੇਰੇ ਪੱਲੇ ਹੈ ਦੇ ਜੀ ਅੱਜ IELTS ਵੀ ਕੀ ਹੋ ਗਿਆ ਇਹ ਨਹੀਂ ਕਿ ਅਸੀਂ IELTS ਕਰਾਉਨੇ ਆ ਮੇਰੇ ਕੋਲ ਇੱਕ ਪੂਰੀ ਟੀਮ ਹੈ ਜਿਹੜੀ ਕੰਟੈਂਟ ਤੇ ਕੰਮ ਕਰਦੀ ਸਾਰਾ ਜਿਹਦਾ ਕੰਮ ਸਿਰਫ ਕੰਟੈਂਟ 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 ਹੈ ਜੀ ਨਵੀਂ ਰੀਡਿੰਗ ਆ ਗਈ ਨਵੀਂ ਲਿਸਨਿੰਗ ਆ ਗਈ ਨਵੀਂ ਰੇਟਿੰਗ ਆ ਗਈ ਸਪੀਕਿੰਗ ਮਾਡਿਊਲਸ ਕਿਵੇਂ ਇੰਪਰੂਵ ਕਰਾਉਨੇ ਆ ਅੱਜ ਐਡ ਕੀ ਆਉਂਦੀ ਹੈ ਸਾਡੀ ਇੰਨੀ ਵੀ ਸਾਲਗिराਹ ਹੈ ਅਸੀਂ IELTS ਦੇ ਫੀਸ ਘਟਾ ਦਿੱਤੀ ਦੂਜਾ ਬੰਦਾ ਕਹਿੰਦਾ ਅਨਲਿਮਿਟਿਡ ਪੜੋ 6000 ਰੁਪਏ ਦੇ ਉਹ 3 ਮਹੀਨੇ ਪੜ ਲਓ ਕੋਈ ਐਡ ਕੁਝ ਲਾਉਂਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬੱਚੇ ਦੇ ਬੈਂਡ ਆਉਣੇ ਹੀ ਨਹੀਂ ਕਿਉਂਕਿ ਅ ਸੋ ਕੰਸਲਟੈਂਟ ਦਰ ਤੋਂ ਦਰ ਭੱਜਦਾ ਫਿਰਦਾ ਸੋ ਆਇਲਸ ਅੱਜ ਵੀ ਸੰਜੀਦਾ ਲੈ ਲੋ ਯਾਰ ਇਨਟੇਕਾਂ 'ਚ ਤੁਹਾਡੀ ਫਾਈਲ ਵੀ ਲੱਗੀ ਐ ਤਾਂ ਵੀ ਆਇਲਸ ਦੁਬਾਰਾ ਕਰ ਲੋ ਮੈਂ ਇੱਕ ਸੀਕਰਟ ਦੇ ਕੇ ਜਾਂਦਾ ਸ਼ੋ ਦੇ ਉੱਪਰ ਕਿਉਂਕਿ ਸੀਕਰਟ ਵਪਾਰੀਆਂ ਤੋਂ ਹੁੰਦੀ ਆ ਆਪਜੋ ਬੱਚਿਆਂ ਤੋਂ ਨਹੀਂ ਹੁੰਦੀ ਸੋ ਸਾਡੇ ਕੋਲੇ ਕਈ ਵੀਜ਼ੇ ਜਿਹੜੇ ਬੱਚਿਆਂ ਦੀਆਂ ਫਾਈਲਾਂ ਪਹਿਲਾਂ ਰਿਜੈਕਟ ਸੀਗੀਆਂ ਜਾਂ ਮੈਸੇਜ ਸੀਗੀਆਂ ਆਇਲਸ ਇੰਪਰੂਵ ਕਰਕੇ TiArF ਅਪਲੋਡ ਕੀਤੇ ਉਹਨਾਂ ਨੂੰ ਗ੍ਰਾਂਟਸ ਮਿਲੀਆਂ ਜੀ 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 ਬਿਲਕੁਲ ਤੇ ਇਸੇ ਤਰੀਕੇ ਨਾਲ ਮੈਂ ਇੱਕ ਹੋਰ ਸਵਾਲ ਜ਼ਰੂਰ ਆਸਟ੍ਰੇਲੀਆ ਨੂੰ ਲੈ ਕੇ ਵੀ ਪੁੱਛਣਾ ਚਾਹੂੰਗੀ ਕਿਉਂਕਿ ਪਹਿਲਾਂ ਫਲਾਈਟ ਪਰ ਹੁਣ ਉੱਥੇ ਆ ਕੇ ਵੀ ਹੁਣ ਥੋੜਾ ਸਟੂਡੈਂਟਸ ਫੇਰ ਡਾਊਟਫੁਲ ਹੋ ਗਏ ਨੇ ਕਿ ਡਿਲੇ ਹੋ ਗਿਆ ਹਰਜੋਤ ਹਰਜੋਤ ਅਗੇਨ ਚੁਆਇਸ ਕੀਤੀ ਹੈ ਜੀ ਜੀ ਮੈਨੂੰ ਤੁਸੀਂ ਕਹੋਗੇ ਬਾਰ ਬਾਰ ਪਤਾ ਨਹੀਂ ਕਿ ਕਿਹੋ ਜੀ ਗੱਲ ਕਰ ਰਿਹਾ ਚੁਆਇਸ ਕੀਤੀ ਹੈ ਅੰਝ ਮੈਂ ਕਹਿੰਨਾ ਜੀ ਇੱਕ ਤਰੀਕ ਨੂੰ ਸਕਾਟਮੋਰਸ ਅੰਜੀ ਨੇ ਕਿਹਾ ਸੀ ਫਲਾਈਟਾਂ ਓਪਨ ਕਰਨਗੇ ਨਹੀਂ ਹੋਪਾਂਗੇ 15 ਨੂੰ ਕਰਨਗੇ ਸ਼ਾਇਦ 15 ਨੂੰ ਵੀ ਨਾ ਹੋਣ ਜੀ ਸ਼ਾਇਦ ਪਹਿਲੀ ਜਨਵਰੀ ਹੋ ਜੇ ਸ਼ਾਇਦ 15 ਜਨਵਰੀ ਕੀ ਹੋ ਜਾਊਗਾ ਉਹਨਾਂ ਨੇ ਕਲੀਅਰ ਇਸ਼ਾਰਾ ਕਰਤਾ ਕਿ ਕੁਈਨਜ਼ਲੈਂਡ ਨੇ 80% ਵੈਕਸੀਨੇਸ਼ਨ ਕਰ ਲਈ ਸੋ ਵੀ ਵਿਲ ਓਪਨ ਉਹ ਇੱਕ ਮੁਲਕ ਹੈ ਜਿਹਨੇ ਆਪਦੇ ਸਟੂਡੈਂਟਸ ਉਸੇ ਪੁੱਲ ਕੇ ਤੁਹਾਡੀ ਜੀਟੀਵੀ ਹੋਣੀ ਹੈ ਤੁਹਾਡੇ ਕਈਆਂ ਦੇ ਫੰਡ ਵੀ ਪੁਰਾਣੇ ਹੋਣੇ ਕਈਆਂ ਦੀ ਸੀਓਈ ਵੀ ਆਉਣੀ ਹੈ ਸੀਓਈ ਅੰਤਵਾਦ ਮੈਸੇਜ ਤੇ ਡਿਸੀਜਨ ਵੀ ਆਉਣਾ ਹੈ ਰਾਈਟ ਸੋ ਇਹ ਤਾਂ ਹੈ ਨਹੀਂ ਵੀ ਜਦ ਦਿਨ ਫਲਾਈਟਾਂ ਖੁੱਲਣਗੀਆਂ ਕਰਾਂ ਜਾ ਹੱਥ ਸਿੱਦੇ ਬਿਠਾ ਕੇ ਲੈ ਜਣੇ ਉਹਨਾਂ ਨੇ ਹਾਂ ਜੀ 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 ਬਿਲਕੁਲ ਸਹੀ ਕਹਿ ਤੁਸੀਂ ਸੋ ਕਾਲਰਸ ਜੋ ਲਗਾਤਾਰ ਜੁੜ ਰਹੇ ਨੇ ਮੈਂ ਚਾਹੁੰਦੀ ਹਾਂ ਕਿ ਆਪਾਂ ਕਿਉਂ ਨਾ ਕਾਲਰਸ ਦੀ ਕੌਨਸ ਵੀ ਲੈਣੀ ਸ਼ੁਰੂ ਕਰੀਏ ਹੈਲੋ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਮਨਮੈਂ ਰਮਨਦੀਪ ਗੱਲ ਕਰ ਉਹ ਮੈਡਮ ਪਲਸ 2 ਨਾ ਮੇਰੇ ਬ੍ਰਦਰ ਨੇ ਹੁਣੇ ਕਲੀਅਰ ਕੀਤੀ ਹੈ ਮੈਂ ਰੀਸੈਂਟਲੀ ਓਕੇ ਜੀ ਤੇ ਉਹਨੇ ਆਈਐਸ ਵੀ ਕਰ ਲਈ ਹੈ ਉਹਦੇ ਨੇ ਹਰ ਇੱਕ ਕਮਪੀਟਿਸ਼ਨ ਚ 6 ਬੈਂਡ ਆਏਗਾ ਠੀਕ ਹੈ ਜੀ ਮੈਂ ਇਹ ਚੀਜ਼ ਪੁੱਛਣੀ ਹੈ ਕਿ ਮੈਂ ਇਹ ਟੈਕ ਆਪ ਨੂੰ ਫਿਰ ਅਪਲਾਈ ਕਰ ਸਕਦੇ ਹਾਂ ਓਕੇ ਪਲਸ 2 ਵਿੱਚ ਕਿੰਨੀ ਪਰਸੈਂਟੇਜ ਹੈ ਮੈਡਮ ਇਹਦੇ ਹੈਗੇ 72% 72% ਹਾਂਜੀ ਸੋ ਪਲਸ 2 72% ਨਾਲ ਵੀਜ਼ਾ ਪ੍ਰੋਬੈਬਿਲਿਟੀ ਬਹੁਤ ਸੋਨੀ ਹੈ ਆਈਐਲ ਸਕੋਰ ਰੀਚ ਕਿੰਨਾ ਸਿਕ ਸੀਚ ਕਹਿ ਰਹੇ ਨੇ ਸਾਰੇ ਤੋਂ 6 ਹੈ ਜੀ ਬਿਲਕੁਲ ਮੈਨੂੰ ਤੁਸੀਂ ਬਠਿੰਡੇ ਮਿਲ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਡਰ ਵਾਲੀ ਕੋਈ ਗੱਲ ਨਹੀਂ ਹੈ ਰਾਈਟ ਸੋ ਜਿਹੜੀ ਰਿਫਿਊਜ਼ਲ ਆਈ ਹੈ ਉਹ ਬਹੁਤ ਵੱਡੇ ਪੱਧਰ ਤੇ ਨਾਨ ਐਸਡੀਐਸ ਚਾਹੀ ਹੈ ਐਸਡੀਐਸ ਚ ਘੱਟ ਆਈ ਹੈ ਰਾਈਟ ਸੋ ਐਸਡੀਐਸ ਰਿਫਿਊਜ਼ਲ ਦਾ ਲੈਵਲ ਇੰਨਾ ਨਹੀਂ ਹੈਗਾ ਜੋ ਪਹਿਲਾਂ ਆਲਮ ਸੀ ਉਹ ਨਹੀਂ ਹੈ ਸੋ ਬਿਲਕੁਲ ਅਪਲਾਈ ਕਰ ਸਕਦੇ ਹੋ ਜੀ ਬਠਿੰਡੇ ਸਾਡਾ ਆਫਿਸ ਜਿਹੜਾ ਹੈਗਾ ਉਹ ਸੌਫਟੀ ਰੋਡ ਦੇ ਉੱਪਰ ਹੈਗਾ ਜੀ ਹਲੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਹਾਂਜੀ ਕੀ ਸਵਾਲ ਹੈ ਤੁਹਾਡਾ ਮੈਂ

ਥੋੜੇ ਜੀ ਦੁਬਾਰਾ ਆ ਕੇ ਗੱਲ ਕਰ ਲੈਂਦੇ ਦੋ ਚ 5.5 ਦੇ ਨਾਲ ਵੀਜ਼ਾ ਪ੍ਰੋਬੈਬਿਲਿਟੀ ਹਾਲ ਦੀ ਕੜੀ ਬਿਲਕੁਲ ਨਾ ਮੁਮਕਨ ਵਰਗੀ ਹੈ ਜੀ 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 ਘਟ ਕਰੋਗੇ ਕੀ ਜੇ ਤਾਂ ਦੁਬਾਰਾ ਐਲਸ ਕਰਨ ਨੂੰ ਤਿਆਰ ਹੋ ਐਫਰ ਮੰਗਾਓ ਮੇਨ ਟੇਕ ਦੀ ਤਿਆਰੀ ਕਰੋ ਜਾਂ ਸੈਪਟੈਂਬਰ ਦੀ ਆਫਰ ਅੱਜ ਮੰਗਾ ਕੇ ਥਾਂ ਰੱਖਵੀਂ ਕਰਕੇ ਆਪਦੀਆਂ ਤਿਆਰੀਆਂ ਸ਼ੁਰੂ ਕਰ ਦੋ ਆਫਰ ਅੱਜ ਮੰਗਾਉਣੀਆਂ ਪੈਣੀਆਂ ਬੱਚਾ ਡੈਫਰ ਕੁਛ ਸੀਟਾਂ ਜਨਰਲੀ ਓਪਨ ਹੋਣਗੇ ਕੁਝ ਮੇ ਦੇ ਵੀ ਹੋਣਗੇ ਰਿਫਿਊਜ਼ਲ ਤੋਂ ਬਾਅਦ ਜਿਹੜੇ ਕਾਲਜ ਕੋਲ ਐਸਡੀਐਸ ਸੀਗੇ ਰਿਫਿਊ ਉਹ ਵੀ ਆਪਣਾ ਅੰਦਰੋਂ ਆંકੜੇ ਦੇਖਦੇ ਰਹਿੰਦੇ ਕਿ ਕਿੰਨਾ ਸਟਾਕ ਉੱਡ ਗਿਆ ਕਿੰਨਾ ਰਹਿ ਗਿਆ ਕਿੰਨਾ ਹੋ ਗਿਆ ਕਿੰਨਾ ਰਹਿ ਗਿਆ ਰਾਈਟ ਸੋ ਉਹ ਇੱਕ ਵੱਖਰਾ ਪਰਸਪੈਕਟਿਵ ਵੱਖਰਾ ਪਹਿਲੂ ਚੱਲੂਗਾ ਬਟ ਜਿਹੜੀ ਤੁਹਾਨੂੰ ਚੀਜ਼ ਧਿਆਨ ਦੇ ਨਾਲ ਹੀ ਇਹ ਕੀ ਹੈ ਕਿ ਜਦੋਂ ਫਲਾਈਟਾਂ ਓਪਨ ਹੁੰਦੀਆਂ ਆ ਜਾਂ ਕੋਈ ਵੀ ਮੁਲਕ ਨਾਰਮਲਾਈਜ਼ ਹੁੰਦਾ ਕੀ ਮੈਂ ਕਤਾਰ 'ਚ ਖੜਾ ਕੀ ਮੈਂ ਉਸ ਲਾਈਨ 'ਚ ਹੈਗਾ ਕਿ ਮੇਰੀ ਵਾਰੀ ਆਊਗੀ ਜੀ 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 ਇਹ ਇਹ ਅੰਡਰਸਟੈਂਡ ਕਰਨਾ ਜ਼ਰੂਰੀ ਹੈ ਜੇ ਸਾਡਾ ਅਪਲਾਈ ਕਰਨਾ ਇੱਕ ਮਜਬੂਰੀ ਬਣ ਗਈ ਹਾਂ ਅਸੀਂ ਫੈਸਲਾ ਨਹੀਂ ਅਪਲਾਈ ਕਰਨਾ ਕਰੋ ਦੈਟਸ ਵਾਈਂ ਹਿੰਦੁਸਤਾਨ ਵਰਗਾ ਮੁਲਕ ਕੋਈ ਨਹੀਂ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ ਰਾਈਟ ਸੋ ਰਹਿਜੋ ਜੇ ਲਾਈਨ 'ਚ ਉਹਨਾਂ ਦੇ ਮੁਲਕ ਜਾਣਾ ਤੇ ਉਹਨਾਂ ਦੇ ਤਰੀਕੇ ਨਾਲ ਤੁਰਨਾ ਜੋ ਆਇਲਸ ਜੋ ਬੇਸਿਕ ਅਸੀਂ ਕਹਿ ਸਕਦੇ ਹਾਂ ਜਿਸ ਤੋਂ ਸਟੂਡੈਂਟ ਭੱਜਦੇ ਨੇ ਉਸੇ ਦੇ ਉੱਪਰ ਸਟੂਡੈਂਟਸ ਨੂੰ ਕੰਮ ਵੀ ਜ਼ਰੂਰ ਹੋਣਾ ਇੱਥੇ ਕਰਨਾ ਪਏਗਾ ਆਪਣੀ ਪ੍ਰੋਫਾਈਲ ਨੂੰ ਸਟਰੋਂਗ ਬਣਾਉਣ ਦੇ ਲਈ ਹਰ ਜੋ ਕੈਨੇਡੀਅਨ ਕੌਂਸੂਲੇਟ ਨੇ ਜਾਂ ਆਸਟ੍ਰੇਲੀਅਨ ਕੌਂਸੂਲੇਟ ਨੇ ਯੂਕੇ ਕੌਂਸੂਲੇਟ ਨੇ ਇੱਕ ਲੈਂਗੁਏਜ ਪੈਰਾਮੀਟਰ ਰੱਖਿਆ ਇੱਕ ਲੈਂਗੁਏਜ ਦਾ ਆਧਾਰ ਰੱਖਿਆ ਦੋ ਜਾਂ ਤਿੰਨ ਟੈਸਟ ਮੇਜਰ ਮੰਨੇ ਜਾਂਦੇ ਆ ਆਇਲਸ पीटी टोएएफएल ਪਰ ਆਪਾਂ سارے ਜਾਣਦੇ ਜੋ ਆਇਲਸ ਦੀ ਮੰਨਤਾ ਹੈ ਉਹ ਕਿਸੇ ਉਹ ਟੈਸਟ ਦੀ ਜੀ ਜੀ ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ 올 ਰਾਈਟ ਜੇ ਤੁਹਾਡੇ 6 ईच ਹੈ ਤੁਸੀਂ एसटीएसओ ऑस्ट्रेलिया ਨੇ ਕਹਿਤਾ ਜੇ 6 ईच ਹੈਗੇ ਤੁਹਾਡੇ ਤਾਂ نو ਐਡੀਕੋਸ यूके ਕਹਿੰਦਾ ਵੀ ਜੇ 6 ईच ਹੈਗੇ ਤੁਹਾਡੇ ਤੁਹਾਨੂੰ ਪ੍ਰੀ ਅਸੈਸਮੈਂਟਲ ਇੰਗਲਿਸ਼ ਦੀ ਲੋੜ ਨਹੀਂ ਹੈ ਸੋ ਉਹ ਇੱਕ ਇੰਨਾ ਸਟਰੋਂਗ ਪੈਰਾਮੀਟਰ ਬਣਾਤਾ ਉਹ ਇੱਕ ਇੰਨਾ ਸਟਰੋਂਗ ਪੈਰਾਮੀਟਰ ਬਣਾਤਾ ਆਪਾਂ ਉਹਨੂੰ ਮਜ਼ਾਕ ਸਮਝਦੇ ਹਾਂ ਬਟ ਹੈਵਿੰਗ ਸੈਡ ਦੈਟ ਉਹਨਾਂ ਨੇ ਕਿਹਾ ਨਹੀਂ ਕਿ ਆ ਵੀ ਵਿਦਾਊਟ ਦੈਟ ਵੀਜ਼ਾ ਨਹੀਂ ਦੇਆ ਉਹਨਾਂ ਨੇ ਉੱਥੇ ESL ਨਾਲ ਖੋਲਿਆ ਉੱਥੇ ਹੀ helicoze ਖੋਲਿਆ ਉੱਥੇ pre-sectional english ਲਈ ਕਿਉਂ ਲਈ ਜੇ ਪੈਰਾਮੀਟਰਾਂ ਦਾ ਮਨਾਂ ਕਰ ਦਿੰਦੇ ਰਾਈਟ ਸੋ ਆਇਲਸ ਨੂੰ ਆਪਾਂ ਜਦੋਂ ਸੰਜੀਦਾ ਨਹੀਂ ਲੈਂਦੇ ਅਕੈਡਮੀਆ ਚ ਪਰ ਰਸ਼ ਦੇ ਕੇ ਵੱੜਦੇ ਵੇ ਇੱਥੇ ਰੌਣਕ ਕਿੰਨੀ ਕ ਹੈ ਰਾਈਟ ਵੀ ਇੱਥੇ ਪੜ ਲੈਂਦੇ ਆ ਇਨਫਰਾਸਟ੍ਰਕਚਰ ਬਹੁਤ ਸੋਹਣਾ ਹੈ ਜਾਂ ਇੱਥੇ ਬੜੀਆ ਚਮਕ ਤਮਕ ਹੈ ਔਰੇ ਕਰ ਲੈਂਦੇ ਆ ਤੁਹਾਡੇ ਪਿੰਡ ਚ ਪੜਾਉਣ ਵਾਲਾ ਇਲਸਟ੍ਰੀਨਰ ਵੀ ਚੰਗਾ ਹੋ ਸਕਦਾ ਕੋਈ ਕਹਿੰਦਾ ਕਿ ਮੇਰੀ ਅਕੈਡਮੀ ਚ ਬੈਸਟ ਟ੍ਰੇਨਰ ਹੈ ਕੋਈ ਆਪਣੇ ਘਰੇ ਪੜਾਉਣ ਵਾਲਾ ਵੀ ਸ਼ਾਨਦਾਰ ਹੋ ਸਕਦਾ ਬਟ ਕੀ ਤੁਸੀਂ ਉਨੀ ਐਫਰਟ ਆਇਲਸ ਨੂੰ ਲਈ ਕੀ ਤੁਸੀਂ ਉਨੀ ਕੋਸ਼ਿਸ਼ ਆਇਲਸ ਤੇ ਕੀਤੀ ਜਿੰਨੀ ਤੁਹਾਨੂੰ ਕਰਨੀ ਚਾਹੀਦੀ ਸੀ ਜਦੋਂ ਆਪਾਂ ਇੱਕ ਐਡ ਦੇਖਦੇ ਆ ਜੀ 5 ਬੈਂਡ ਤੇ ਕੈਨੇਡਾ ਦੇ ਐਨਏ ਵੀਜ਼ੇ ਆਏ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਸਾਡਾ ਧਿਆਨ ਉਧਰ ਹੋ ਜਾਂਦਾ ਕਿਉਂਕਿ ਸ਼ੁਕਰ ਮੈਂ ਜਿੰਦ ਸ਼ੁਕਰ ਮਾਇਨੇ ਮੇਰੇ ਜਿੰਦ ਚਰਖਾ ਟੁੱਟੇ ਵਾਲਾ ਕੰਮ ਵੀ ਆਪਾਂ ਤਾਂ ਬਹਾਨਾ ਪਾਲਦੇ ਹੁੰਨੇ ਆਂ ਵੀ ਬਸ ਵੀ ਡੈਡੀ ਜੀ ਆਹ ਦੇਖੋ ਇਹ ਏਜੰਟ ਨੇ ਐਡ ਵੀ ਲਾਤੀ ਅੱਛਾ ਦੂਜੀ ਗੱਲ ਕੀ ਹੈ ਜਿਹੜੀ ਉਹ ਏਜੰਸ ਐ ਕੰਸਲਟੈਂਟ ਪ੍ਰਾਇਰ ਉਹਨਾਂ ਕੋਲ ਪੈਸੇ ਬਹੁਤ ਉਹ ਐਡਾਂ ਵੀ ਬਹੁਤ ਵੱਡੀਆਂ ਵੱਡੀਆਂ ਲਾਉਂਦੇ ਐਡੀ ਐਡੀ ਵੱਡੀ ਐਡ ਲਾਉਂਦੀ ਕਿ ਉਹ ਦਿਖਦਾ ਵੀ ਸੱਚੂ ਗਿਆ ਖਬਰੇ ਕਿਤੇ ਬਿਲਕੁਲ ਬਿਲਕੁਲ ਅੱਜ ਮੈਂ ਕੰਸਲਟੈਂਟਾਂ ਨੂੰ ਚੈਲੰਜ ਕਰਦਾ ਬੱਚਿਆਂ ਨੂੰ ਆਪਣੇ ਰੀਅਲ ਅੰਕੜੇ ਖੋਲ ਕੇ ਅੱਗੇ ਰੱਖ ਦਿਓ ਜੀ ਕਿਸੇ ਦੇ ਅੱ ਜੀ ਸੋ ਕੋਸ਼ਿਸ਼ ਇਹ ਕਰੀ ਆ ਆਪਾਂ ਕਿ ਆਪਾਂ ਫਾਈਲ ਨੂੰ ਆਇਲਸ ਤੇ ਬੇਸ ਤੇ ਲਾਉਣਾ ਪੈਣਾ ਇੱਕ ਆਇਲਸ ਰਿਐਲਿਟੀ ਹੈ ਬਟ ਵੇਟ ਕਰਨਾ ਵੀ ਕੋਈ ਵਿਕਲਪ ਨਹੀਂ ਹੈ ਕਿਉਂਕਿ ਅਗਲੀ ਇਨਟੇਕ ਜਦ ਤੱਕ ਤੁਸੀਂ ਆਇਲਸ ਕਰਕੇ ਆਉਣ ਸਿਰਫ ਤੁਹਾਡੇ ਕਹਿੰਦੇ ਸੀ ਆਇਲਸ ਕਰ ਲਈ ਹੁਣ ਸੀਟ ਆਏ ਨਹੀਂ ਲੇਕ ਸੋ ਅੱਜ ਕੰਡੀਸ਼ਨਲ ਆਫ ਅ ਲੈਟਰ ਜਾਂ ਕਈ ਕਾਲਜਸ ਨੇ ਜਿਹੜੇ ਕਮਿਊਨਿਟੀ ਕਾਲਜਸ ਆ ਸਰਕਾਰੀ ਕਾਲਜਸ ਆ ਕੋਈ ਇੱਕ 5.5 ਜਾਂ 2.5 ਲੈਂਦੇ ਨੇ ਉਹਦੀ ਆਫਰ ਮੰਗਾਓ ਆਪਦਾ ਫੀਸ ਡਿਪੋਜ਼ਿਟ ਜਿੰਨਾ ਮਿਨਿਮਮ ਹੈਗਾ ਉਹ ਪੇ ਕਰੋ ਨਾਲ ਆਇਲਸ ਪ੍ਰੂਫ ਕਰੋ ਦੋਨੋਂ ਪਾਸੇ ਕਲੀਅਰ ਹੋ ਜਾਊਗਾ ਵੀ ਜੇ ਹਾਲਾਤ ਬਦਲੇ ਹੂੰ ਜੇ ਮੈਂ ਟੈਕ ਸਰ ਨੂੰ ਨੋਨ ਐਸਟੀ ਦੀ ਸਕਸੈਸ ਵੱਧਦਾ ਦੇਖਿਆ ਥਿੰਗਸ ਵਿਲ ਚੇਂਜ ਜੀ ਜੀ ਸ਼ਾਇਦ ਜਨਵਰੀ ਚ ਅਜ ਖਤਮ ਕਰਨ ਨੂੰ ਕੀਤਾ ਹੋਵੇ ਇੱਕ ਵਾਰੀ ਟਾਪ ਕੁਆਲਿਟੀ ਲੈ ਲਓ ਬਾਕੀ ਲੇਟਰ ਆਨ ਅਸੈਸ ਕਰਾਂਗੇ ਜੀ ਜੀ ਸੋ ਇਹ ਇਹ ਸਾਰੀਆਂ ਅਟਕਲਾਂ ਸਾਨੂੰ ਕਨਸੋਲੀਡੇਟ ਦੀ ਸਟ੍ਰੈਟਜੀ ਥਿਉਰੀ ਇਹਦਾ ਕੀ ਮੰਚ ਹੈ ਹੀ ਨਹੀਂ ਪਤਾ ਲੱਗਦਾ ਬਿਲਕੁਲ ਬਿਲਕੁਲ ਨਹੀਂ ਪਤਾ ਲੱਗ ਸਕਦਾ ਇਸ ਲਈ ਨਾਊ ਇਹ ਟਵੀਟ ਕਰਨਗੇ ਕਿ ਇਹ ਸਾਡੇ ਮੰਚ ਆਇਆ ਸੀ ਇਸ ਕਰਕੇ ਉਡਾਤੀਆਂ ਬਿਲਕੁਲ ਸਹੀ ਕਹੇ ਤੁਸੀਂ ਇਸ ਲਈ ਮਿਹਨਤ ਸਟੂਡੈਂਟਸ ਨੂੰ ਆਪਣੇ ਵੇ ਤੇ ਬਿਲਕੁਲ ਬਹੁਤ ਕਰਨੀ ਹੀ ਪਏਗੀ ਆਇਲਸ ਨੂੰ ਲੈ ਕੇ ਜਿਹੜੇ ਡਰਦੇ ਨੇ ਘਬਰਾਉਂਦੇ ਨੇ ਬਚਦੇ कर लोगे ता तुहाडी तो प्रोफाइल स्ट्रांग होएगी वीजा चांसेस वाज जाएंगे हेलो हेलो मैम शशिकाल शशिकाल जी की नाम है केडी जगह तो बोल रहे हो मैम मनदीप गल कर रही हूं फतेहगढ़ तो हां जी की सवाल है मनदीप जी मैम uh, मैं, मैं कनाडा स्टडी वीजा बारे पूछना थी हां जी अपनी प्रोफाइल दस दो मैम uh, मैं, मैं ग्रेजुएशन की थी हुई है हां जी केडी ईयर मैम 2019 जी 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 कितनी परसेंटेज है आईएलएस क्लियर किया है ਜੀ ਹਾਂਜੀ ਮੈਮ ਓਵਰオール ਮੇਰੇ 6 ਐਂਡ 9 ਪਲੱਸ 5.5 ਟੂ ਮੋਡਿਊਲ ਚ ਹੈ ਮਨਦੀਪ ਸਾਹਿਬ ਕਾਲ ਕਿੱਥੋਂ ਬੋਲਦੀ ਫਤਿਹਗੜ ਤੋਂ ਬੋਲਦੀ ਹੈ ਹਾਂਜੀ ਹਾਂਜੀ 2019 ਪਾਸ ਆਊਟ 6 ਬੈਂਡ 2 5.599.99% ਕੈਨੇਡਾ ਰਿਫਿਊਜ਼ਲ ਆਏਗੀ ਨੱਚਦੀ ਰਾਈਟ ਨਾ ਇਹ 92.9% ਹਾਲ ਦੀ ਘੜੀ ਚ ਹਮ ਰਾਈਟ ਬਾਕੀ ਜੇ ਬਾਬੇ ਨਾਰਕੰਦ ਦਾ ਦਾਣਾ ਪਾ ਲਈ ਰੱਖਿਆ ਮੇਰੀ ਕੋਈ ਤਾਕਤ ਨਹੀਂ ਰੋਕ ਲੈ ਜਾਂ ਚੁਗਾਦਾ ਰਾਈਟ ਬਟ 99.9% ਰਿਜੈਕਸ਼ਨ ਆ ਹੁਣ ਅਗਲਾ ਸਵਾਲ ਆ ਵੀ ਆਸਟ੍ਰੇਲੀਆ ਜਾਣਾ ਕਿ ਨਹੀਂ ਜਾਣਾ ਯੂਕੇ ਜਾਣਾ ਕਿ ਨਹੀਂ ਜਾਣਾ ਵੱਖਰੇ ਸਵਾਲ ਹੈ ਆਸਟ੍ਰੇਲੀਆ ਯੂਕੇ ਤੈਨੂੰ ਦੋਨੋਂ ਨੂੰ ਇਸ ਪੈਂਡ ਤੇ ਐਕਸੈਪਟ ਕਰਦਾ ਰਾਈਟ ਉਹ ਐਕਸੈਪਟ ਵੀ ਕਰਦਾ ਹੈ ਵੀਜ਼ਾ ਗ੍ਰਾਂਟ ਰੇਟ ਵੀ ਆਉਂਦੇ ਆ ਜੇ ਯੂਕੇ ਹੀ ਜਾਣਾ ਤਾਂ ਜਾਂ ਕੈਨੇਡਾ ਹੀ ਜਾਣਾ ਜੇ 2019 ਤੋਂ ਲੈ ਕੇ ਅੱਜ 22 ਆ ਗਿਆ ਤਿੰਨ ਮਹੀਨੇ ਹਾਲਸੋਰ ਪੜ ਲੇਗੀ 6.5 ਨੋ ਲੈਸ ਦਨ 6 ਲੈਜੇਗਾ ਦਾ ਪ੍ਰੋਬੈਬਿਲਟੀ ਵੱਧ ਜਾਈਗੀ ਵੱਧ ਜਾਏਗੀ ਜੀ ਥੈਂਕ ਯੂ ਸੋ ਮਚ ਜੀ ਕਾਲ ਕਰਨ ਦੇ ਲਈ ਵਾਕਿ ਕਿਉਂਕਿ ਇਸ ਤਰ੍ਹਾਂ ਦੀ ਹੀ ਪ੍ਰੋਫਾਈਲਸ ਹੁੰਦੀਆਂ ਨੇ ਜੋ ਸਟੂਡੈਂਟਸ ਇੱਕ ਤੁੱਕਾ ਲਗਾ ਲੈਂਦੇ ਨੇ ਅੱਜ ਕੱਲ ਕੇ ਚਲੋ ਕਰਦੇ ਆ ਪਰ ਰਿਫਿਊਜ਼ਲ ਆ ਜਾਂਦੀ ਹੈ ਮੈਂ ਇੱਕ ਮੰਚ ਤੇ ਹੱਸ ਰਿਹਾ ਸੀ ਮੈਂ ਕਹਿ ਜੇ ਤਾਂ ਜੁਆ ਵਾਲੀ ਗੱਲ ਹੋ ਗਈ ਕਾਲਜ ਵਿੱਚ ਜੂਆ ਖੇਡਦਾ ਬੱਚਾ ਤੇ ਮੈਂ 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 ਕਿਹੜਾ 5.5 ਤੇ 7 ਤੇ ਅੱਜ ਮੈਨੂੰ ਵੀ ਜਿਹਨੂੰ ਕਹਿੰਦੇ ਵੀ ਲਾਲ ਵੇਖ ਵੇਖ ਕੇ ਐਕਸਲ ਸ਼ੀਟਾ ਘਬਰਾਉਂਦੇ ਨੇ ਮੇਰੇ ਕੋਲੇ ਵੀ ਰਿਜੈਕਸ਼ਨ ਆਈ ਹੈ ਅੱਜ ਮੇਰੀ ਪੰਜਾਬ ਦੇ ਦੋ ਚਾਰ 10 ਨਾਮਚੀਨ ਅਸੀਂ ਜਿਹੜੀਆਂ ਕੰਪਨੀਆਂ ਸਾਫ਼ ਸੁਥਰਾ ਕੰਮ ਕਰਦੀਆਂ ਸੀ ਅਸੀਂ 4 ਪੈਸੇ ਸੋਚੇ ਸੀ ਆਮਦਨ ਵੀ ਜਨਵਰੀ ਚ ਬੱਚੇ ਆਉਣਗੇ ਜਾਣਗੇ ਤੇ ਪੈਸੇ ਕਮਾਵਾਂਗੇ ਸੋ ਸਾਡਾ ਵਪਾਰਕ ਨੁਕਸਾਨ ਦੇਖ ਲੋ ਕੱਲ ਨੂੰ ਕੋ ਕਹਿੰਦੇ ਜੀ ਕੀ ਫਰਕ ਪੈਂਦਾ ਤੁਹਾਡੇ ਤਾਂ ਆਂਦੇ ਜਾਣੇ ਨੇ ਰਾਈਟ ਸੋ ਇਹ ਇੱਕ ਕੋਈ ਕੰਸਲਟੈਂਟ ਵੀ ਮੇਰੇ ਹਿਸਾਬ ਨਾਲ ਚੰਗਾ ਜਾਣ ਕੇ ਰਿਫਿਊਜ਼ਲ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦਾ ਆਪਦੇ ਕੋਲ ਹਰ ਇੱਕ ਟੌਪਰ ਵਾਲਾ ਹੁੰਦਾ ਕਿ ਇਹ ਤਾਂ ਕੰਮ ਹੁੰਦਾ ਵੀਜ਼ਾ ਕਰਾਂਦਾ ਕਿਉਂਕਿ ਨਾਲੇ ਪੁੰਨ ਵਾਲੇ ਫਲੀਆਂ ਵਾਲੀ ਗੱਲ ਨਾਲੇ ਮੈਨੂੰ ਪੈਸੇ ਆਉਣੇ ਨਾਲੇ ਮੈਨੂੰ ਵੀਜ਼ਾ ਮਿਲਦਾ ਬਿਲਕੁਲ ਸਹੀ ਕਿਹਾ ਤੁਸੀਂ ਤੇ ਆਪਾਂ ਗਾ ਆਸਟ੍ਰੇਲੀਆ ਦੀ ਕੈਨੇਡਾ ਅਸੀਂ ਹੁਣੇ ਗੱਲ ਕੀਤੀ ਕਿ ਨੌਨ ਐਸਡੀਐਸ ਪ੍ਰੋਫਾਈਲ ਆਂਦੀ ਓਵਰਆਲ 6 ਇੱਕੀਆਂ 2 ਵਿੱਚ 5.5 ਨੇ ਆਸਟ੍ਰੇਲੀਆ ਅੱਜ ਦੇ ਟਾਈਮ ਚ ਅੱਛੀ ਆਪਸ਼ਨ ਹੈ ਸੀ ਆਸਟ੍ਰੇਲੀਆ ਜਿਹੜਾ ਹੈਗਾ ਹਰਜੂਤ ਆਸਟ੍ਰੇਲੀਆ ਜੀਟੀ ਨੂੰ ਸਟ੍ਰਿਕਟ ਰਹੂਗਾ ਜੇ ਆਪਾਂ ਸੋਚੀਏ ਕਿ ਹਰ ਇਨਸਾਨ ਆਸਟ੍ਰੇਲੀਆ ਨਿਕਲ ਜੂ ਜਿਹਦੀ ਵੀ ਫਾਈਲ ਲੱਗਿਓ ਵੀਜ਼ਾ ਲੈ ਜੂ ਇਹ ਗਲਤ ਫਹਮੀ ਹੈ ਇਹ ਖੁਸ਼ਵੰਦ ਰਾਸ਼ੋਧਰ ਵੀ ਬੋਲੇਗਾ ਰਸ਼ ਬਦੂਗਾ ਬਲੱਸ ਉਹ ਬੜੇ ਕੰਟਰੋਲਡ ਚੱਲਣਗੇ ਉਹਨਾਂ ਨੂੰ ਆਪ ਦੇ ਵੀਜ਼ੇ ਦੀ ਪਾਵਰ ਪਤਾ ਉਹਨਾਂ ਨੂੰ ਆਪ ਦੀ ਗੇਟਸ ਓਪਨ ਕਰਨ ਦੀ ਪਾਵਰ ਪਤਾ ਉਹਨਾਂ ਨੂੰ ਬਾਕੂਬੀ ਪਤਾ ਕਰਤੇ ਉਹਦਾ ਵਿਕਲਪ ਕਿ ਨਿਕਲਦਾ ਡਿਗਰੀਆਂ ਚ ਕਿੰਨੇ ਪਰਸੈਂਟ ਬੱਚਾ ਟਰੈਵਲ ਹੁੰਦਾ ਕਿੰਨੀ ਦੇਰ ਬਾਅਦ ਵੀਜ਼ਾ ਚੋਂ ਸੀਓਈ ਵਿਦਡਰਾ ਹੁੰਦੀ ਹੈ ਸੀਓਈ ਚੇਂਜ ਹੁੰਦੀ ਹੈ ਜਾਂ ਸੀਓਈ ਦਾ ਚੇਂਜ ਲੈਂਦੇ ਨੇ ਸਾਰੇ ਆਂਕੜੇ ਉਹਨਾਂ ਕੋਲੇ ਆਸਟ੍ਰੇਲੀਅਨ ਬਾਰਡਰ ਸਿਕਿਉਰਿਟੀ ਤੇ ਆਸਟ੍ਰੇਲੀਅਨ ਇਮੀਗ੍ਰੇਸ਼ਨ ਜਿੰਨੀ ਤਾਲਮਿਲ ਚ ਕੰਮ ਕਰਦੀ ਆਪਾਂ ਸੋਚ ਵੀ ਨਹੀਂ ਸਕਦੇ ਨਹੀਂ ਜਿੰਨੀ ਕਿ ਫੰਡਾਂ ਦੀ ਉਹਨਾਂ ਨੇ ਵੈਰੀਫਿਕੇਸ਼ਨ ਸਟਰੋਂਗ ਕਰਨੀ ਹੁੰਦੀ ਹੈ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਪਹਿਲੀ ਵਾਰ ਇਤਿਹਾਸ ਚ ਆਸਟ੍ਰੇਲੀਆ ਚ ਮੈਂ ਸੁਣਿਆ ਮੇਨ ਐਪਲੀਕੇਸ਼ਨ ਦਾ ਵੀਜ਼ਾ ਆ ਗਿਆ ਸਪੌਸ ਜੈਕਟ ਕਰਤਾ ਕਾਰਨ ਕੀ ਸੀ ਉਹ ਮੈਂ ਸਮਝਾਉਂਗਾ ਜੀ 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 ਕਾਲਰ ਨੇ ਪਹਿਲਾ ਲਾਈਨ ਤੇ ਹੈਲੋ ਹੈਲੋ ਹਾਂਜੀ ਸਸਵੀਕਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਰਾਜਪੁਰ ਤੋਂ ਬੋਲ ਰਹੀ ਹਾਂਜੀ ਕੀ ਸਵਾਲ ਹੈ ਤੁਹਾਡਾ ਜਿਵੇਂ ਪਲੱਸ ਟੂ ਕੀਤੀ ਹੈ ਜੀ ਜੀ ਕਿਹੜੇ ਸਾਲ ਵਿੱਚ ਕੀਤੀ ਹੈ ਕਿੰਨੀ ਪਰਸੈਂਟੇਜ ਹੈ ਆਇਲਸ ਕਿੰਨਾ ਬੈਂਡ ਸਕੋਰ ਹੈ 2019 ਅੱਛਾ ਜੀ ਆਇਲਸ ਕਲੀਅਰ ਕੀਤਾ ਹੋਇਆ ਤੁਸੀਂ हेलो थोड़ी आवाज नहीं आ रही जी मैडम जी रेंज चेक कर लो कृपया करके जी हां जी आइल्स क्लियर है तोडा हां जी कितना जी कनाडा ली पूछना चाह रहे हो हां जी वीरे यूके अप्लाई कर लो ओवरऑल 6 2019 पास आउट हाँ ਦੋ ਇੱਕਿਆਂ ਦੋ ਸਾਢੇ ਪੰਜ ਹੋਣਗੇ ਕੈਨੇਡਾ ਚਾਂਸਸ ਬਹੁਤ ਘੱਟ ਹੈ ਹਾਲ ਦੀ ਘੜੀ ਚ ਜਦ ਤੱਕ ਤੁਹਾਡੀ ਵਾਰੀ ਆਣੀ ਹੈ 22 ਮਈ ਇਨਟੇਕ ਆਇਆ ਹੁਣ ਸੋ ਲਗਭਗ ਤਿੰਨ ਬਰੇ ਯਾਨੀ ਕਿ ਬੀਏ ਪੂਰੀ 19 20 20 21 21 22 ਫਾਈਨਲ ਇਅਰ ਬੀਏ ਬੀਐਸਸੀ ਬੀਕੋਮ ਪੂਰਾ ਹੋ ਜਾਣਾ ਸਰ ਜੀ 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 ਥੈਂਕਸ ਅੰਬੈਸੀ ਤੁਸੀਂ ਕਹੋਗੇ ਡਿਪਲੋਮਾ ਲਾ ਦੇਣਾ ਦੋ ਤਿੰਨ ਮੈਂ ਉਹ ਕਹਿੰਦੇ ਭਾਈ ਮੇਰੇਆ ਤਿੰਨ ਸਾਲ ਤੋਂ ਦੋ ਛੇ ਮਹੀਨੇ ਤੇ ਡਿਪਲੋਮਾ ਕਰਦਾ ਰਿਹਾ ਹੁਣ ਤੂੰ ਕੈਨੇਡਾ ਆਖਿਆ ਕਿ ਟਾਪ ਕਾਲਜ ਚ ਪੜ੍ਹ ਲੈ ਨਹੀਂ ਆਈ ਨਹੀਂ ਕਹਿੰਝੂਗੀ ਕਿ ਮੇਰੇ 6 ਬੈਂਡ ਨਹੀਂ ਆ ਜੀ ਸ਼ੌਕ ਸਮਝਦਾ ਹੁਣ ਆਸਟ੍ਰੇਲੀਆ ਦੀ ਕਹਾਣੀ ਸੁਣਾ ਦਿੰਨਾ ਸਾਡੇ ਏਜੰਟ ਭਰਾ ਕਈ ਬੜੇ ਤੇਜ਼ ਸੀ ਕਿ ਯੂਨੀਵਰਸਿਟੀ ਦੇ ਰਿਕੁਆਇਰਮੈਂਟ ਸੀ ਦੋਨੋਂ ਪਾਰਟਨਰਸ ਪਾਊਸ ਹੋਣੇ ਚਾਹੀਦੇ ਹਮਮ ਯੂਨੀਵਰਸਿਟੀ ਨੂੰ ਨਕਲੀ ਕਾਗਜ਼ ਭੇਜਣ ਦੀ ਕੋਪਰਾਲਾ ਕੀਤਾ ਕਿ ਯੂਨੀਵਰਸਿਟੀ ਨੇ ਮੰਨ ਲਿਆ ਅੰਬੈਸੀ ਚੋਂ ਵਿਡਰੋ ਕਰ ਲਿਓ ਭੁੱਲ ਗਏ ਕਿ ਯੂਨੀਵਰਸਿਟੀ ਨੇ ਵੀਜ਼ਾ ਨਾਲ ਚੈਕਿੰਗ ਕਰਕੇ ਮੇਨਸ ਪਾਊਸ ਉੜਾ ਕੇ ਬੈਨ ਕਰਤਾ ਕੁੜੀ ਨੂੰ ਵੀਜ਼ਾ ਦੇ ਦਿੱਤਾ ਹੁਣ ਜੇ ਕੁੜੀ ਨਾ ਗਈ ਤਾਂ ਕਾਲਜ ਪੈਸੇ ਨਹੀਂ ਮੋੜਦਾ ਜੇ ਕੁੜੀ ਗਈ ਘਰ ਲੱਗ ਗਿਆ ਸੋ ਉਹ ਤਿਆਰੀਆਂ ਚ ਏਲ 1 ਤੋਂ ਕਿੰਨੀਆਂ ਯੂਨੀਵਰਸਿਟ ਸਾਡੇ ਨਾਲ ਠੱਗੀ ਨਾ ਹੋਵੇ ਬੰਦੇ ਚਾਹੀਦੇ ਆ ਵੀਜ਼ੇ ਆਉਣਗੇ ਆਸਟ੍ਰੇਲੀਆ ਦੇ ਮੈਂ ਅੱਜ ਵੀ ਕਹਿੰਦਾ 2020 ਪਾਸ ਆਊਟ ਆ 6 ਬੰਦੇ ਆ 2.5 ਵੀਜ਼ਾ ਆਉਣਗੇ ਆਏ ਸੀ ਦੇਖ ਸਕਦੇ ਆ ਕਿ ਸ਼ੁਰੂ ਤੋਂ ਅੱਗੇ ਪਿੱਛੇ ਦੇਖੀਏ ਕੁਝ ਅੰਕੜੇ ਆਸਟ੍ਰੇਲੀਆ ਹਮੇਸ਼ਾ ਆਪਣੀ ਕੁਆਲਿਟੀ ਨਾ ਕਦੀ ਕੰਪਰੋਮਾਈਜ਼ ਨਹੀਂ ਕਰਦਾ ਨਹੀਂ ਕਰਦਾ ਬਿਲਕੁਲ ਦੇਖੋ ਵੈਟ ਸੈਕਟਰ ਦੇ ਉੱਤੇ ਜਿਹੜੇ ਕਾਲਜ ਨੇ ਉਹਨਾਂ ਨੂੰ ਮੁਸ਼ਕਲ ਹੀ ਨਹੀਂ ਹੋਈ ਉਹਨਾਂ ਕੋਲ ਔਨਸ਼ੋਰ ਇੰਨਾ ਬੱਚਾ ਬੈਠਾ ਜਿਹੜਾ ਸੈਕੰਡ ਇਅਰ ਰਿਲੀਜ਼ ਲੈਟਰ ਆ ਲੈ ਲਿਆ ਕਿ ਉਹਨਾਂ ਕੋਲੇ ਆ ਗਿਆ ਸੋ ਮੇਰੇ ਜਿੰਨੇ ਮਿੱਤਰਾਂ ਦੇ ਉੱਤੇ ਔਨਸ਼ੋਰ ਕਾਲਜ ਆ ਗਏ ਨੇ ਬਟ ਇਹਨਾਂ ਦੇ ਡਿਪਲੋਮਾ ਡਿਪਲੋਮਾ ਲੀਡਿੰਗ ਟੂ ਡਿਗਰੀ ਦੇ ਵੀਜ਼ਾਸ ਆਉਣਗੇ ਡਿਪਲੋਮਾ ਪ੍ਰੀ ਮਾਸਟਰਸ ਲੀਡਿੰਗ ਟੂ ਮਾਸਟਰਸ ਦੇ ਡਿਪਲੋਮਾਸ ਆਉਣਗੇ ਥੈਟ ਇਜ਼ ਪਰਫੈਕਟਲੀ ਫਾਈਨੋ ਆਉਣਗੇ ਵੱਡੇ ਗਰੁੱਪਸ ਜਿਹੜੇ ਨੇ ਜਿਨ੍ਹਾਂ ਕੋਲੇ ਦੁਨੀਆ ਭਰ ਦੀਆਂ ਯੂਨੀਵਰਸਟੀਆਂ ਦੇ ਟਾਈਅਪਸ ਨੇ ਉਹਨਾਂ ਦੇ ਵੀਜ਼ਾਸ ਨਿਸ਼ਚਿਤ ਤੌਰ ਤੇ ਆਉਣਗੇ ਜੀ 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 ਬਿਲਕੁਲ ਤੇ ਹੁਣ ਆਸਟ੍ਰੇਲੀਆ ਦੀ ਤਰ੍ਹਾਂ ਹੀ ਕੈਨੇਡਾ ਵੀ ਜੋ ਹੈ ਆਪਣੀ ਕੁਆਲਿਟੀ ਦੇ ਉੱਪਰ ਹੀ ਯਾਨੀ ਕੰਮ ਕਰ ਰਿਹਾ ਐ ਐਸਡੀਐਸ ਪ੍ਰੋਫਾਈਲ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ ਸੋ ਡਿਮਾਂਡ ਸਪਲਾਈ ਵਾਲਾ ਫੰਡਾ ਇੱਥੇ ਵੀ ਸਰ ਦੇ ਕਿਉਂਕਿ ਕੱਲਾ ਪੰਜਾਬ ਨਹੀਂ ਹੈ ਕੱਲਾ ਹਰਿਆਣਾ ਨਹੀਂ ਕੱਲਾ ਹਿਮਾਚਲ ਕੱਲਾ ਸੋਨੀ ਕਸ਼ਮੀਰ ਨਹੀਂ ਉੱਤਰਾਖੰਡ ਨਹੀਂ ਬਾਕੀ ਭਾਰਤ ਕੱਲਾ ਭਾਰਤ ਨਹੀਂ ਨੇਪਾਲ ਭੂਟਾਨ ਬੰਗਲਾਦੇਸ਼ ਪਾਕਿਸਤਾਨ ਉਹਨਾਂ ਨੇ ਕੀ ਕਰਨਾ ਅਸੀਂ ਇੱਕ ਦਿਨ ਹਸ ਰੇ ਸੀਗੇ ਕਿ ਬਾਕੀ ਸਾਰੀ ਕੰਟਰੀਆਂ ਤੋਂ ਦੋ ਦੋ ਚਾਰ ਚਾਰ ਹਜ਼ਾਰ ਵੀਜ਼ਾ ਵਧਾਉਣਾ ਅਸੀਂ ਬੜੇ ਦੇ ਕਿੱਡੇ ਭਲੇਖੇ ਜੇ ਬੈਠੇ ਹਾਂ ਜੀ 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 ਰਾਈਟ ਬਾਕੀ ਕੰਟਰੀਆਂ ਤੋਂ ਦੋ ਦੋ ਚਾਰ ਚਾਰ ਵੀਜ਼ਾ ਵਧਾਉਣੇ ਆ ਉਹਨਾਂ ਦਾ ਸੋ ਕਾਲਡ ਟਾਰਗੇਟ ਪੂਰਾ ਰਾਈਟ ਬਟ 80 ਮੈਂ ਕੈਨੇਡਾ ਦੀ ਇੱਕ ਸ਼ਿਫਟ ਕਰੂੰਗਾ ਕਿ ਘਟੋ ਘਟ ਰੀ ਐਪਲੀਕੇਸ਼ਨ ਦਾ ਮੌਕਾ ਦੇ ਰਿਆ ਸਹੀ ਤਰੀਕੇ ਨਾਲ ਬੱਚਿਆਂ ਨੂੰ ਆਪਸ਼ਨਸ ਦੇ ਰਿਆ ਹੈ ਭਾਲਦਾ ਕੀ ਹੈ 1 6 ਈਚ ਜਾਂ 50 55% ਨੰਬਰ ਸਾਨੂੰ ਉਹੀ ਲੱਗਦਾ ਵੀ ਪਤਾ ਨਹੀਂ ਕਿੰਨਾ ਕਿੰਨਾ ਵੱਡਾ ਟਾਸਕ ਕਹਤਾ ਕਹਲਾ ਨਹੀਂ ਕੀ ਕਰਤਾ ਸੋ ਮੈਨੂੰ ਕੋਲੇ ਸਰ ਪੇਰੈਂਟਸ ਆਉਂਦੇ ਆ ਜਦੋਂ ਹੁੰਦੇ ਕਹਿੰਦੇ ਤੁਸੀਂ ਲਾਈ ਕਰਦੇ ਸੀ ਮੇਰੇ ਕੋਲੇ ਇੱਕ ਪੇਰੈਂਟ ਮੇਰੇ ਮਿੱਤਰ ਹੈ ਭਾਵੁਖ ਹੋ ਗਏ ਥੋੜੇ ਜੀ ਕਹਿੰਦੇ ਤੁਹਾਡਾ ਮੇਰਾ ਰਿਸ਼ਤਾ 22 ਵੀਜ਼ਾ ਦਾ ਹੈ ਇਹ ਰਿਫਿਊਜ਼ ਕਰ ਤੁਸੀਂ ਫਾਈਲ ਲਾਈ ਕਰਤੀ ਸੀ ਮੈਂ ਕਿਹਾ ਭਰਾ ਮਰੇ ਸੀਨੇ ਲਈ ਤੁਸੀਂ ਲਈ ਪੁੱਛ ਕੇ ਲਈ ਧੱਕੇ ਨਾਲ ਤਾਂ ਨਹੀਂ ਲਈ ਕਿਹਨੂੰ ਪਤਾ ਸੀ ਸਾਰੇ ਪੀਤੂਗੇ ਕਿਸੇ ਨੂੰ ਨਹੀਂ ਪਤਾ ਠੀਕ ਹੈ ਰਾਈਟ ਸੋ ਇਹ ਜਿਹੜੀਆਂ ਰਿਫਿਊਜ਼ਲ ਜਦੋਂ ਆ ਜਾਂਦੀ ਹੈ ਤੁਸੀਂ ਕੰਸਲਟੈਂਟ ਦੀ ਗਲਤੀ ਕੱਢ ਲਓ ਉਹ ਕਾਲਜ ਦੇ ਕਰਦੇ ਭਾਗ ਤਾਂ ਤੁਹਾਡੇ ਮਾਰੇ ਹੋਗੇ ਬਿਲਕੁਲ ਮਾਰੇ ਤੁਹਾਡੇ ਨਾਲ ਹੋਏ ਬਟ ਇਹ ਜਾਨਣਾ ਅੱਜ ਜਿਹੜੀ ਹਰਜੋਤ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈ ਕਾਲਸ ਥੋੜੀ देर ਬਾਅਦ ਲਾਗੇ ਜੀ ਫੋਨ ਸਾਇਲੈਂਟ ਕੀਤਾ ਹੋਇਆ ਜਿਹੜੀ ਸਭ ਤੋਂ ਵੱਡੀ ਚੀਜ਼ ਅਹਿਮੀਅਤ ਬੱਚਿਆਂ ਨੂੰ ਅੱਜ ਦੇਖਣੀ ਪੈਣੀ ਕੀ ਮੈਂ ਰੀ ਅਪਲਾਈ ਕਰਨ ਦੇ ਕਾਬਿਲ ਹਾਂ ਕੀ ਮੇਰੀ ਐਪਲੀਕੇਸ਼ਨ ਲਾਉਣ ਦੇ ਕਾਬਿਲ ਹਾਂ ਜੇ ਹੈਗੇ ਉਹ ਤਾਂ ਲਾਓ ਨਹੀਂ ਤਾਂ ਏਜ ਬਦਲ ਕੇ ਸ਼ਹਿਰ ਬਦਲ ਕੇ ਅੱਜ ਮੈਂ ਕਿਸੇ ਨੇ ਹੱਸਦਾ ਸੀ ਮੈਂ ਕਹਿੰਦਾ ਜੀ ਚੇਂਜ ਆਫ ਸਰਕਮਸਟੈਂਸਸ ਇਹ ਨਾ ਕਿਹੋ ਜੀ ਪਹਿਲਾਂ ਗੂਗਲ ਵੱਲ ਤੋਂ ਅਪਲਾਈ ਕਰਿਆ ਸੀ ਹੁਣ ਫਲਾਨੇ ਤੋਂ ਕਰਤਾ ਬਈ ਚੇਂਜ ਆਫ ਸਰਕਮਸਟੈਂਸਸ ਹੋ ਗਿਆ ਕੈਨ ਨੂੰ ਕਿਹਾ ਜਾ ਸਕਦਾ ਬਿਲਕੁਲ ਉਹਨੇ ਚੇਂਜ ਆਫ ਯੂਅਰ ਸਰਕਮਸਟੈਂਸਸ ਕੈਨ ਨਾਟ ਯੂਅਰ ਏਜੰਟ ਸਰਕਮਸਟੈਂਸਸ ਜੀ 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 ਬਿਲਕੁਲ ਬਿਲਕੁਲ ਸੋ ਕਿਰਪਾ ਕਰਕੇ ਸੱਚ ਦਾ ਸਾਹਮਣਾ ਕਰ ਲੋ ਯਾਰ ਕਦ ਤੱਕ ਕਦੋਂ ਤਾਈ ਅਸੀਂ ਇਸ ਠੱਗੀ ਦੇ ਸ਼ਿਕਾਰ ਬੰਦੇ ਰਹਾਂਗੇ ਕਦੋਂ ਤਾਈ ਅਸੀਂ ਇਹ ਲੋਕਾਂ ਦੀ ਲੁਪਾਵੜੀਆਂ ਗੱਲਾਂ 'ਚ ਉਲਝ-ਉਲਝ ਕੇ ਕਦ ਤਾਈ ਅਸੀਂ ਉਹਨਾਂ ਨੇ ਤੋਂ ਤੋਂ ਪੈਸੇ ਖਾਂਦੀ ਹਰ ਮੁਮਕਨ ਸਕੀਮ ਲਾਉਣੀ ਹੈ ਅਸੀਂ ਕਿਸ ਚੀਜ਼ ਤੋਂ ਭਜਦੇ ਹਾਂ ਜੀ ਇਹ ਕੰਸਲਟੈਂਟ ਨੇ 10000 ਪਹਿਲਾਂ ਮੰਗ ਲਿਆ ਇਹ ਮਾੜਾ ਜਾਂ ਇਹ 25 ਬਾਅਦ ਚ ਲੈਂਦਾ ਇਹ ਭੜਾ ਜਾਂ ਜਿਹੜਾ 15 ਲੱਖ ਬਾਅਦ ਚ ਲੈਂਦਾ ਉਹ ਚੰਗਾ ਰਾਈਟ ਜਾਂ ਇਹ ਕੰਪਨੀ ਕੋ ਪੈਸੇ ਨਹੀਂ ਦਿੰਦੀ ਇਹ ਚੰਗੀ ਮੈਨੂੰ ਐ ਸਮਝਾਓ ਯਾਰ 10 20 30 40 50000 ਜੀ ਦੇ ਪਿੱਛੇ ਤੁਸੀਂ ਕੰਸਲਟੈਂਟ ਨੂੰ ਮਾੜਾ ਕਹਿੰਦੇ ਹੋ ਡਾਲਰ ਦਾ ਰੇਟ 1.5 ਰੁਪਿਆ ਵੱਧ ਜਾਂਦਾ ਕਦੀ ਕਿਹਾ ਕਿ ਭਾਈ ਸਾਹਿਬ ਇੰਨੇ ਪੈਸੇ ਹੋਗੇ ਉਦੋਂ ਗੁੱਸਾ ਨਾ ਮੰਨਿਓ ਰਿਫਿਊਜ਼ਲ ਮੇਰੇ ਕੋਲੇ ਵੀ ਆ ਪਰ ਕਿੰਨੇ ਆ ਕਿੰਨੇ ਆંકੜੇ ਸ਼ ਹਾਂ ਜੀ ਹਮ ਇਤਨੇ ਲੈਂਦੇ ਹੈ ਜੀ ਜਾਂ ਇਤਨੇ ਹੈ ਕਿਉਂਕਿ ਇੱਕੋ ਕਾਲਜ ਇੱਕੋ ਕੋਰਸ ਦਹ ਦਿਨਾਂ ਦਮ ਤੁਸੀਂ ਪੈਸੇ ਬਚਾਏ ਅਗਲੇ ਦੰਦ ਜੂਆ ਖੇਡਿਆ ਮੈਂ ਬਾਰ ਬਾਰ ਕਹਿੰਦਾ ਰਿਫਿਊਜ਼ਲ ਮੇਰੇ ਕੋਲੇ ਵੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਕੋਲੇ ਹੈ ਬੜੇ ਅੰਡਰਸਟੈਂਡ ਕਰੋ ਕਿੰਨਿਆਂ ਚ ਕਿੰਨਿਆਂ ਰਿਫਿਊਜ਼ ਲਾ ਕਿੰਨੀ ਫਾਈਲ ਤਾਂ ਤੁਸੀਂ ਧਿਆਨ ਦੇ ਸਕਿਓ ਰਾਈਟ ਇਹ ਕੋ ਮਰੂਤੀ ਸੂਜ਼ੂਕੀ ਦਾ ਪਲਾਂਟ ਨਹੀਂ ਜਿੱਥੇ ਆਟੋਮੈਟਿਕ ਡਾਈਆਂ ਲੱਗੀਆਂ ਕਾਰਨ ਨਿਕਲਦੀਆਂ ਜਾਣਗੀਆਂ ਸੋ ਬਿਲਕੁਲ ਪਲੀਜ਼ ਅੱਜ ਵੀ ਸੰਜੀਦਾ ਹੋ ਜਾਓ ਇਸ ਲੁਭਾਵਣੀ ਐਡ ਤੋਂ ਸਾਰੇ ਬਾਤ ਜਾਂ ਪੈਸੇ ਨਹੀਂ ਜਾਂ ਕੁਛ ਕਦੀ ਸੋਚਿਆ ਜਿਹੜੀ ਮਾਦਰ ਫਾਦਰ 18 ਲੱਖ ਰੁਪਏ ਬੱਚੇ ਦੀ ਪੜਾਈ ਤਲਾਉਂਦੇ 1.5 ਲੱਖ ਦੀ ਟਿਕਟ ਦਿੰਦੇ ਆ ਉਹ ਏਜੰਟ ਦੇ 10 ਵੀ 25000 ਪਿੱਛੇ ਸੋਚ ਚ ਕਿਉਂ ਪੈਂਦੇ ਆ ਕਿਉਂ ਪੈਂਦੇ ਆ ਬਿਲਕੁਲ ਹੂੰ ਹੂੰ ਐਡਸ ਦੇ ਕੇ ਬਿਲਕੁਲ ਤੇ ਅੱਜ ਕੱਲ੍ਹ ਵੈਸੇ ਹੀ ਇੰਨਾ ਕੁਝ ਐਡਵਾਂਸ ਹੋ ਚੁੱਕਿਆ ਹੈ ਆਪਾਂ ਛੋਟੀ ਤੋਂ ਛੋਟੀ ਵੀ ਘਾਦੀ ਚੀਜ਼ ਖਰੀਦਣੀ ਹੋਵੇ ਤਾਂ ਉਸ ਦੇ ਬਾਰੇ ਇੰਨਾ ਜ਼ਿਆਦਾ ਅਸੀਂ ਪਹਿਲਾਂ ਸਰਚ ਕਰਦੇ ਹਾਂ ਸੋ ਇਹ ਤੁਹਾਡੀ ਜ਼ਿੰਦਗੀ ਦਾ ਸਵਾਲ ਹੁੰਦਾ ਇੱਕ ਛੋਟਾ ਜਿਹਾ ਮੈਂ ਸਵਾਲ ਯੂਕੇ ਬਾਰੇ ਵੀ ਕਰਨਾ ਚਾਹੂੰਗੀ ਸਮਾਂ ਘੱਟ ਹੈ ਸਾਡੇ ਕੋਲ ਪਰ ਜ਼ਰੂਰ ਚਾਹੂੰਗੀ ਉਹਦੀ ਵੀ ਜਾਣਕਾਰੀ ਯੂਕੇ ਬਾਰੇ ਯੂਕੇ ਵੀਜ਼ਾਸ ਆ ਰਹੇ ਹੈ ਜੀ 스파우스 ਵੀਜ਼ਾਸ ਵੀ ਆ ਰਹੇ ਹੈ ਪਾਰਨਰਸ ਨਾਲ ਜਾ ਰਹੇ ਹੈ ਯੂਕੇ ਵਿਦਆਊਟ ਇੰਟਰਵਿਊ ਵੀ ਸਕਸੈਸ ਹੈਗੀ ਆ ਪਰ ਅਸੀਂ ਇੰਟਰਵਿਊ ਵਰਡ ਤਾਂ ਕਹਿੰਦੇ ਕਿ ਤੁਸੀਂ ਉਹਦੇ ਲਈ ਪ੍ਰੀਪੇਅਰਡ ਹੋਵੇ ਅਪ੍ਰੈਲ ਇਨ ਪ੍ਰੀ ਮਾਸਟਰਸ ਪ੍ਰੀ ਸੈਸ਼ਨਲ ਦੇ ਨਾਮ ਵੀ ਹੋ ਚੁੱਕੇ ਆ ਸੋ ਖਾਸ ਕਰ ਜਿਹੜੇ ਸਪਾਊਸ ਨੇ ਆ ਜਿਹੜੇ ਪਲੱਸ 2 2019 20 ਪਾਸ ਆਊਟ ਹੈ ਉਹ ਇਹਨੂੰ ਵਜਰੇ 19 20 ਪਾਸ ਆਊਟ ਹੈ ਉਹ ਯੂਕੇ ਦੀ ਐਸ ਇਨਟੇਕ ਨੂੰ ਆਪਣੇ ਲਈ ਆਖਰੀ ਇਨਟੇਕ ਮੰਨ ਕੇ ਚੱਲਣ ਓਕੇ ਜੀ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸ਼ੋ ਤੋਂ ਬਾਅਦ ਵੀ ਕਾਲ ਜ਼ਰੂਰ ਕਰ ਸਕਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਿ ਤੁਸੀਂ ਸਾਡੇ ਔਰ ਕਾਲਰ ਲਾਈਨ ਲਾ ਲਈ ਮਾਫੀ ਜੀ 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 ਬਿਲਕੁਲ ਕਿਉਂਕਿ ਅੱਜ ਬਹੁਤ ਖਾਸ ਗੱਲਾਂ ਸੀ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਤਾਂ ਕਿ ਜਿਹੜੇ ਜਿੰਨੇ ਵੀ ਸਟੂਡੈਂਟ ਹੁਣ ਅਪਲਾਈ ਅਟੀਚਮੈਂਟਸ ਨੂੰ ਵੇਕੇ ਸੋ ਸੱਚ ਦਾ ਸਾਹਮਣਾ ਕਰਨਾ ਸਿੱਖੋ ਅਵੇਅਰ ਹੋਵੋ ਇਸੇ ਮਕਸਦ ਨਾਲ ਅਸੀਂ ਇਹ ਸ਼ੋਅ ਲੈ ਕੇ ਆਨੇ ਆ ਤਾਂ ਕਿ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਤੇ ਤੁਸੀਂ ਵੀ ਸਹੀ ਤਰੀਕੇ ਨਾਲ ਆਪਣੇ ਸੁਪਨਿਆਂ ਦੀ ਮੰਜ਼ਲ ਤੇ ਪਹੁੰਚ ਸਕੋ ਤੇ ਇਸੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੋ ਨੂੰ ਵੀ ਦੇ ਇਜਾਜ਼ਤ ਧੰਨਵਾਦ